ਸਾਡੇ ਅੰਦਰ ਨਾ ਸਕਿੱਲ ਨਹੀਂ ਹੈਗਾ ਆਪਣਾ ਫਾਇਦਾ ਕਰਨ ਦਾ, ਸਾਡਾ ਸਕਿੱਲ ਹੈਗਾ ਆਪਣਾ ਨੁਕਸਾਨ ਕਰਨ ਦਾ। ਉਹਦੇ ਕਈ ਕਾਰਨ ਹੈ। ਅਸੀਂ ਹਮੇਸ਼ਾ ਉਸ ਬੰਦੇ ਦੇ ਪ੍ਰਭਾਵ ਥੱਲੇ ਆ ਜਾਂਦੇ ਹਾਂ ਜਿਹੜਾ ਕਿ ਤੁਹਾਡਾ ਨੁਕਸਾਨ ਕਰਨਾ ਚਾਹੁੰਦਾ। ਠੀਕ ਹੈ, ਤੁਸੀਂ ਦੇਖਿਆ ਕਿ ਲੋਕ ਅਕਸਰ ਤੁਹਾਨੂੰ ਕੋਈ ਗੱਲ ਕਹਿੰਦੇ ਹੈ ਅਤੇ ਤੁਸੀਂ ਉਸ ਗੱਲ ਤੋਂ ਹਰਟ ਹੋ ਜਾਂਦੇ ਹੋ ਜਾਂ ਮਾਇੰਡ ਕਰ ਲੈਂਦੇ ਹੋ। ਇਹਦਾ ਮਤਲਬ ਕੀ ਹੋਇਆ ਕਿ ਜਿਸ ਬੰਦੇ ਨੇ ਤੁਹਾਡੀ, ਮਤਲਬ ਪਹਿਲੀ ਗੱਲ ਤਾਂ ਤੁਹਾਨੂੰ ਬੰਦਾ ਕ੍ਰਿਟੀਸਾਈਜ਼ ਕਰੂਗਾ ਕਿਉਂ, ਪਹਿਲਾਂ ਤੁਸੀਂ ਉਹਦੀ ਸਜੋ, ਅੰਡਰਸਟੈਂਡ ਅਦਰਸ ਬਿਫੋਰ ਯੂ ਸੇ ਸਮਥਿੰਗ। ਜਿਹੜਾ ਬੰਦਾ ਤੁਹਾਡੀ ਬੇਇੱਜ਼ਤੀ ਕਰ ਰਿਹਾ ਜਾਂ ਜਿਹੜਾ ਬੰਦਾ ਤੁਹਾਨੂੰ ਕ੍ਰਿਟੀਸਾਈਜ਼ ਕਰ ਰਿਹਾ ਜਾਂ ਜਿਹੜਾ ਬੰਦਾ ਤੁਹਾਨੂੰ ਨੀਵਾਂ ਦਿਖਾ ਰਿਹਾ ਜਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਤੁਹਾਡੇ 'ਤੇ ਤੋਮਤ ਲਾ ਰਿਹਾ ਜਾਂ ਤੁਹਾਡੇ ਬਾਰੇ ਜੱਜਮੈਂਟ ਪਾਸ ਕਰ ਰਿਹਾ, ਤੁਹਾਡੇ ਡਰੈਸਅਪ ਬਾਰੇ, ਤੁਹਾਡੇ ਧਰਮ ਬਾਰੇ ਜਾਂ ਤੁਹਾਡੇ ਕਿਸੇ ਚੀਜ਼ ਬਾਰੇ, ਪਹਿਲੀ ਗੱਲ ਤਾਂ ਇਹ ਸੋਚੋ ਕਿ ਉਹ ਇੱਕ ਬਿਮਾਰ ਇਨਸਾਨ ਹੈ। ਜੇ ਉਹ ਹੈਲਦੀ ਇਨਸਾਨ ਹੋਏਗਾ ਨਾ, ਨੋਰਮਲ ਇਨਸਾਨ ਹੋਏਗਾ, ਉਹ ਤੁਹਾਨੂੰ ਕਦੀ ਹੇਟ ਜਾਂ ਕਦੀ ਤੁਹਾਡੇ ਨਾਲ ਨਫ਼ਰਤ ਦਾ ਰਵੱਈਆ ਰੱਖ ਕੇ ਤੁਹਾਨੂੰ ਕੋਈ ਗੱਲ ਨਹੀਂ ਕਹੇਗਾ। ਨੰਬਰ 1 ਗੱਲ ਇਹ ਹੈ। ਅਤੇ ਉਹਦਾ ਏਜੰਡਾ ਇਹ ਹੋਏਗਾ ਕਿ ਉਹਨੂੰ ਤੁਹਾਡੀ ਸਕਸੈਸ ਦੇਖ ਕੇ, ਤੁਹਾਡੀ ਖੁਸ਼ੀਆਂ ਦੇਖ ਕੇ ਉਹਨੂੰ ਹਜ਼ਮ ਨਹੀਂ ਹੁੰਦੀਆਂ ਹੋਣਗੀਆਂ, ਕਿਉਂਕਿ ਉਹ ਆਪਣੇ ਆਪ 'ਚ ਖੁਸ਼ ਨਹੀਂ ਹੋਏਗਾ। ਇਸ ਕਰਕੇ ਉਹ ਮਜਬੂਰਨ ਤੁਹਾਡੇ 'ਤੇ ਕ੍ਰਿਟੀਸਿਜ਼ਮ ਦਾ ਵਾਰ ਕਰੇਗਾ ਅਤੇ ਤੁਹਾਨੂੰ ਆਊਟ ਆਫ ਟਰੈਕ ਕਰਨਾ ਚਾਹੇਗਾ, ਤੁਹਾਨੂੰ ਤੁਹਾਡੇ ਮਿਸ਼ਨ ਤੋਂ ਦੂਰ ਕਰਨਾ ਚਾਹੇਗਾ। ਜਿਹੜਾ ਤੁਹਾਡਾ ਗੋਲ ਹੈ, ਤੁਹਾਡਾ ਜਿਹੜਾ ਪਰਪਸ ਆਫ ਲਾਈਫ ਹੈ, ਤੁਹਾਡਾ ਜਿਹੜਾ ਮਿਸ਼ਨ ਹੈ ਨਾ, ਉਸ ਤੋਂ ਤੁਹਾਨੂੰ ਹਟਾਉਣਾ ਚਾਹੇਗਾ। ਹਰ ਇੱਕ ਇਨਸਾਨ ਇੱਕ ਪ੍ਰੋਗਰੈਸ ਕਰ ਰਿਹਾ ਹੁੰਦਾ। ਤੁਸੀਂ ਕਦੀ ਦੇਖਿਆ ਕਿ ਜਿਹੜਾ ਬੰਦਾ ਨੀਚੇ ਜਾ ਰਿਹਾ ਹੋਵੇ ਉਹਦੀ ਕੋਈ ਕ੍ਰਿਟੀਸਿਜ਼ਮ ਕਰਦਾ ਹੋਵੇ? ਹਮੇਸ਼ਾ ਉਸ ਬੰਦੇ ਦੀ ਕ੍ਰਿਟੀਸਿਜ਼ਮ ਹੁੰਦੀ ਹੈ ਜਿਹੜਾ ਬੰਦਾ ਆਪਣੇ ਤੌਰ 'ਤੇ ਕੋਈ ਨਾ ਕੋਈ ਵੱਡੀ ਉੱਦਮ ਵਾਲਾ ਕੰਮ ਜਾਂ ਤਕੜਾ ਕੰਮ ਕੋਈ ਕਰ ਰਿਹਾ ਹੁੰਦਾ, ਕਿਉਂਕਿ ਦੂਸਰਾ ਬੰਦਾ ਨਹੀਂ ਕਰ ਪਾ ਰਿਹਾ ਹੁੰਦਾ। ਸੋ ਉਹਦੇ ਕੋਲ ਇੱਕੋ ਹੀ ਹੱਥ ਕੰਡਾ ਰਹਿ ਜਾਂਦਾ ਹੈ ਕਿ ਜਿਹੜਾ ਕਰ ਰਿਹਾ ਨਾ ਇਹਨੂੰ ਵੀ ਥੱਲੇ ਡੇਗਣਾ। ਅੱਛਾ, ਹੁਣ ਜੇ ਤੁਸੀਂ ਇਸ ਚੀਜ਼ ਨੂੰ ਐਜ਼ ਏ ਕ੍ਰਿਟੀਸਿਜ਼ਮ ਲੈਂਦੇ ਹੋ ਅਤੇ ਤੁਸੀਂ ਵੀ ਉਹਨੂੰ ਰੈਸੀਪਰੋਕੇਟ ਕਰਨ ਲੱਗ ਪੈਂਦੇ ਹੋ, ਉਹਨੂੰ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰ ਦਿੰਦੇ ਹੋ ਵੀ ਤੂੰ ਆਪਣਾ ਹਾਲ ਦੇਖ, ਤੇਰਾ ਆਪਣਾ ਕੀ ਹਾਲ ਹੈ, ਇਹਦਾ ਮਤਲਬ ਇਹ ਹੈ ਕਿ ਤੁਸੀਂ ਉਸ ਦੇ ਉਸ ਸ਼ਿਕੰਜੇ 'ਚ ਫਸ ਗਏ। ਤੁਸੀਂ ਉਹਦੇ ਮਿਸ਼ਨ ਦੇ ਨਾਲ ਆਪਣਾ ਮਿਸ਼ਨ ਛੱਡਤਾ ਗਰੋਥ ਦਾ ਅਤੇ ਤੁਸੀਂ ਉਹਦੇ ਨਾਲ ਕਨਸੈਂਟ੍ਰੇਸ਼ਨ 'ਚ ਪੈ ਗਏ। ਹੁਣ ਤੁਸੀਂ ਉਹਨੂੰ ਕ੍ਰਿਟੀਸਾਈਜ਼ ਕਰ ਰਹੇ ਹੋ, ਉਹ ਤੁਹਾਨੂੰ ਕ੍ਰਿਟੀਸਾਈਜ਼ ਕਰ ਰਿਹਾ, ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਏਜੰਡੇ ਤੋਂ ਦੂਰ ਹੋ ਗਏ। ਜਿਹੜਾ ਤੁਹਾਡਾ ਲਾਈਫ ਦਾ ਏਜੰਡਾ ਜਿਸ ਪਿੱਛੇ ਤੁਸੀਂ ਆਏ ਸੀ ਨਾ ਇੱਥੇ, ਜੇ ਹੁਣ ਤੁਸੀਂ ਇਸ ਹੋਸਪਿਟਲ 'ਚ ਆਏ ਤਾਂ ਤੁਸੀਂ ਆਏ ਹੋ ਆਪਣੇ ਪੇਸ਼ੈਂਟ ਨੂੰ ਠੀਕ ਕਰਨ ਵਾਸਤੇ। ਅਤੇ ਜੇ ਤੁਸੀਂ ਕਿਸੇ ਦੀ ਕ੍ਰਿਟੀਸਿਜ਼ਮ ਜਾਂ ਕਿਸੇ ਦੀ ਕੋਈ ਗੱਲ ਸੁਣ ਕੇ ਆਪਣਾ ਏਜੰਡਾ ਛੱਡਤਾ ਤਾਂ ਨੁਕਸਾਨ ਕਿੱਦਾਂ ਹੋਏਗਾ? ਨੁਕਸਾਨ ਕਿੱਦਾਂ ਹੋਏਗਾ ਜੀ? ਸਾਡਾ ਹੋਏਗਾ ਨਾ ਨੁਕਸਾਨ। ਅਸੀਂ ਕਿਸ ਜਿਸ ਕੰਮ ਵਾਸਤੇ ਆਏ ਸੀ ਉਹ ਕੰਮ ਭੁੱਲ ਗਏ। ਇਹ ਤਾਂ ਉਹੀ ਗੱਲ ਹੋਈ ਜੀ, ਘਰੋਂ ਅਸੀਂ ਗਏ ਦਹੀਂ ਲੈਣ, 20 ਰੁਪਏ ਦੀ ਦਹੀਂ ਲਈ, ਉੱਥੇ ਕਿਸੇ ਨਾਲ ਪੰਗਾ ਪੈ ਗਿਆ, ਮਲਾਈ ਘੱਟ ਪਾਈ ਅਤੇ ਦਹੀਂ ਆਪਣੇ 'ਤੇ ਡੋਲ ਕੇ ਅਤੇ ਅਸੀਂ ਖਾਲੀ ਹੱਥ ਘਰ ਆ ਗਏ। ਹੋਸਪਿਟਲ ਸਾਡੇ ਪੇਸ਼ੈਂਟਸ ਆਣਗੇ ਇੱਥੇ ਲੈ ਕੇ ਆਪਣੇ ਪੇਸ਼ੈਂਟ ਨੂੰ, ਇੱਥੇ ਕਿਸੇ ਨਾ ਕਿਸੇ ਕਨਸੈਂਟ੍ਰੇਸ਼ਨ 'ਚ ਫਸ ਕੇ ਅਤੇ ਆਪਾਂ ਕੋਈ ਨਾ ਕੋਈ ਗਲਤੀ ਲੱਭ ਕੇ ਅਤੇ ਆਪਾਂ ਗਏ ਦਹੀਂ ਆਪਣੀ ਡੋਲ ਕੇ ਅਤੇ ਘਰ ਪਹੁੰਚ ਜਾਵਾਂਗੇ, ਮਰੀਜ਼ ਆਪਣਾ ਲੈ ਕੇ ਘਰ ਪਹੁੰਚ ਜਾਵਾਂਗੇ। ਇੱਕ ਤਾਂ ਕ੍ਰਿਟੀਸਿਜ਼ਮ ਦਾ ਇਹ ਇੱਕ ਏਜੰਡਾ ਹੁੰਦਾ। ਅੱਛਾ, ਦੂਸਰੀ ਗੱਲ ਕਿ ਜੇ ਤੁਸੀਂ ਸਮਝਦੇ ਹੋ ਕਿ ਕ੍ਰਿਟੀਸਾਈਜ਼ ਹੋਣਾ ਅਤੇ ਕ੍ਰਿਟੀਸਿਜ਼ਮ ਕਰਨ ਵਾਲਾ ਬੰਦਾ ਇਹ ਉਹਦਾ ਮਸਲਾ ਹੈ, ਅਤੇ ਜੇ ਉਹਦਾ ਮਸਲਾ ਹੈਗਾ ਤਾਂ ਤੁਸੀਂ ਉਹਦਾ ਮਸਲਾ ਆਪਣਾ ਮਸਲਾ ਕਿਉਂ ਬਣਾਉਣਾ? ਤੁਹਾਡਾ ਤਾਂ ਮਸਲਾ ਨਹੀਂ ਹੈ ਨਾ। ਜਿਹੜਾ ਬੰਦਾ ਤੁਹਾਨੂੰ ਕ੍ਰਿਟੀਸਾਈਜ਼ ਕਹਿ ਰਿਹਾ ਕਿ ਤੈਨੂੰ ਕੋਈ ਫਰਕ ਨਹੀਂ ਪਿਆ, ਤੇਰੀ ਜ਼ਿੰਦਗੀ ਨਹੀਂ ਠੀਕ, ਤੇਰਾ ਆਹ ਨਹੀਂ ਠੀਕ, ਤੇਰਾ ਇਲਾਜ ਨਹੀਂ ਠੀਕ ਹੋ ਰਿਹਾ, ਇਹਦਾ ਮਤਲਬ ਹੈ ਕਿ ਉਹ ਤੁਹਾਡਾ ਏਜੰਡਾ ਤਾਂ ਨਹੀਂ ਹੈ ਨਾ। ਤੁਸੀਂ ਕਿਸੇ ਦੇ ਮਸਲੇ ਨੂੰ ਆਪਣਾ ਮਸਲਾ ਕਿਉਂ ਬਣਾਉਣਾ ਚਾਹੁੰਦੇ ਹੋ? ਰਾਈਟ, ਉਹਦਾ ਨੁਕਸਾਨ ਹੋਏਗਾ ਨਾ। ਜੇ ਤੁਸੀਂ ਕਿਸੇ ਦੇ ਮਸਲੇ ਨੂੰ ਆਪਣਾ ਮਸਲਾ ਬਣਾਉਂਦੇ ਹੋ ਤਾਂ ਨੁਕਸਾਨ ਹੋਏਗਾ ਕਿ ਫਾਇਦਾ ਹੋਏਗਾ? ਨੁਕਸਾਨ ਹੋਏਗਾ। ਇਹ ਗੱਲ ਸਿੰਪਲ ਹੈਗੀ ਹੈ। ਦੂਸਰੀ ਚੀਜ਼ ਮੈਂ ਇਹ ਕਹਿੰਦਾ ਕਿ ਭਾਵੇਂ ਕ੍ਰਿਟੀਸਿਜ਼ਮ ਕਿਸੇ ਵੀ ਜਗ੍ਹਾ ਤੋਂ ਮਿਲ ਰਿਹਾ ਹੋਵੇ, ਭਾਵੇਂ ਕਿਸੇ ਵੀ ਰੂਪ 'ਚ ਮਿਲ ਰਿਹਾ ਹੋਵੇ, ਚਲੋ ਕੋਈ ਇਨਸਾਨ ਤੁਹਾਡਾ ਵੈਲਵਿਸ਼ਰ ਹੁੰਦਾ, ਉਹ ਤੁਹਾਨੂੰ ਠੀਕ ਕਰਨਾ ਚਾਹੁੰਦਾ, ਉਹ ਤੁਹਾਡੀ ਲਾਈਫ ਨੂੰ ਬੈਟਰ ਕਰਨਾ ਚਾਹੁੰਦਾ, ਉਹ ਤੁਹਾਨੂੰ ਤਕਲੀਫਾਂ ਤੋਂ ਬਚਾਉਣਾ ਚਾਹੁੰਦਾ, ਇਸ ਕਰਕੇ ਉਹ ਤੁਹਾਨੂੰ ਤੁਹਾਡਾ ਕ੍ਰਿਟੀਸਿਜ਼ਮ ਕਰਦਾ, ਪਰ ਉਹਨੂੰ ਆਰਟ ਨਹੀਂ ਹੈ, ਉਹਨੂੰ ਆਦਤ ਨਹੀਂ ਹੈ ਕ੍ਰਿਟੀਸਾਈਜ਼ ਕਰਨ ਦੀ,
ਉਹਨੂੰ ਜਾਂਚ ਨਹੀਂ ਆਉਂਦੀ। ਉਹ ਕ੍ਰਿਟੀਸਾਈਜ਼ ਕਰਦਾ ਕਰਦਾ ਜਰਾ ਥੋੜ੍ਹੇ ਹਲਕੇ ਤਰੀਕੇ ਨਾਲ, ਕ੍ਰਿਟੀਕਲ ਤਰੀਕੇ ਨਾਲ ਜਾਂ ਬੇਇੱਜ਼ਤੀ ਵਾਲੇ ਤਰੀਕੇ ਨਾਲ ਕ੍ਰਿਟੀਸਾਈਜ਼ ਕਰ ਰਿਹਾ। ਤੁਸੀਂ ਇਹਦੇ 'ਚ ਇਹ ਦੇਖੋ ਕਿ ਤੁਹਾਡਾ ਏਜੰਡਾ ਉਹਦੀ ਬੇਇੱਜ਼ਤੀ ਦੇ ਨਾਲ ਆਪਣੀ ਬੇਇੱਜ਼ਤੀ ਮਹਿਸੂਸ ਕਰਨਾ ਹੈ ਕਿ ਤੁਹਾਡਾ ਏਜੰਡਾ ਆਪਣੇ ਏਜੰਡੇ ਵੱਲ ਤੁਰਦੇ ਰਹਿਣਾ ਅਤੇ ਗਰੋਥ ਕਰਨਾ ਹੈ। ਦੱਸੋ ਬੇਟੇ ਅਨੀਸ਼, ਆਪਣੇ ਆਪ ਨੂੰ ਅੱਗੇ ਤੋਰਨਾ, ਇਹਦੇ ਵਿੱਚ ਆਉਂਦੀ ਕੀ ਹੈ? ਸਾਡੀ ਈਗੋ, ਰਾਈਟ। ਹੁਣ ਤੁਹਾਨੂੰ ਜੇ ਇੰਨੀ ਗੱਲ ਸਮਝ ਆ ਗਈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤਕਲੀਫਾਂ ਨਹੀਂ ਪੈਦਾ ਕਰਨੀਆਂ, ਮੈਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਕਰਨਾ, ਆਪਣੀ ਜ਼ਿੰਦਗੀ ਸੌਖੀ ਕਰਨੀ ਹੈ, ਫਿਰ ਇਸ ਵੇਲੇ ਜਿਹੜਾ ਬੰਦਾ ਕਹਿ ਰਿਹਾ, ਭਾਵੇਂ ਉਹ ਬੰਦਾ ਕੋਈ ਵੀ ਹੈ, ਭਾਵੇਂ ਉਹ ਤੁਹਾਡਾ ਦੁਸ਼ਮਣ ਵੀ ਹੈ, ਜੇ ਤੁਹਾਨੂੰ ਕੋਈ ਗੱਲ ਕਹਿ ਰਿਹਾ, ਤੁਸੀਂ ਉਹਦੇ ਵਿੱਚੋਂ ਦੇਖੋ ਕਿ ਇਹ 'ਚ ਮੇਰਾ ਫਾਇਦਾ ਕਿੱਥੇ ਹੈ। ਮੇਰਾ ਫਾਇਦਾ ਕੋਈ ਹੈਗਾ? ਉਹ 'ਚੋਂ ਆਪਣਾ ਫਾਇਦਾ ਚੁੱਕੋ ਅਤੇ ਆਪ ਅੱਗੇ ਤੁਰ ਪਓ, ਉਹਨੂੰ ਰਹਿਣ ਦਿਓ ਜਿਹੜੇ ਬੰਦੇ ਨੇ ਤੁਹਾਨੂੰ ਕਿਹਾ। ਹੁਣ ਤੁਸੀਂ ਉਹਨੂੰ ਜਾਂਚ ਨਹੀਂ ਸਿਖਾਉਣ ਲੱਗ ਪੈਣਾ ਵੀ ਕ੍ਰਿਟੀਸਿਜ਼ਮ ਇਸ ਤਰ੍ਹਾਂ ਨਹੀਂ ਦੇਈਦਾ, ਇਸ ਤਰ੍ਹਾਂ ਦੇਈਦਾ। ਇਹਨੂੰ ਫੀਡਬੈਕ ਕਹਿੰਦੇ ਹੈ, ਸਾਡੇ ਲੈਂਗੁਏਜ ਦੇ ਵਿੱਚ ਇਹਨੂੰ ਅਸੀਂ ਫੀਡਬੈਕ ਕਹਿੰਦੇ ਹਾਂ। ਬਾਹਰਲੀ ਸੁਸਾਇਟੀ ਦੇ ਵਿੱਚ ਇਹਨੂੰ ਕ੍ਰਿਟੀਸਿਜ਼ਮ ਕਿਹਾ ਜਾਂਦਾ, ਰਾਈਟ। ਹੁਣ ਫੀਡਬੈਕ ਦਾ ਮਤਲਬ ਹੈ ਕਿ ਇਹ ਬੰਦਾ ਨੀਅਤ ਚੰਗੀ ਹੈ ਉਹਦੀ, ਉਹ ਤੁਹਾਨੂੰ ਤੁਹਾਡਾ ਫਾਇਦਾ ਕਰਨਾ ਚਾਹੁੰਦਾ, ਪਰ ਉਹਦਾ ਕਹਿਣ ਦਾ ਤਰੀਕਾ ਜਾਂ ਉਹਦੇ ਅੰਦਰ ਦਾ ਨੀਅਤ ਕੁਛ ਵੀ ਹੋ ਸਕਦੀ ਹੈ ਨਾ ਠੀਕ ਹੋਏ, ਪਰ ਅਲਟੀਮੇਟਲੀ ਤੁਸੀਂ ਇੰਨਾ ਗਰੋ ਕਰੋ ਕਿ ਤੁਸੀਂ ਆਪਣੇ ਏਜੰਡੇ ਨੂੰ ਨਾ ਛੱਡੋ। ਤੁਹਾਡਾ ਏਜੰਡਾ ਇਹ ਹੈ ਕਿ ਆਪਣੀ ਲਾਈਫ ਵਧੀਆ ਹੋਏ, ਰਾਈਟ। ਤੀਸਰੀ ਗੱਲ ਇਹ ਹੈ ਕੀ ਹੈ ਕਿ ਜਦੋਂ ਆਪਾਂ ਕਿਸੇ ਇਨਸਾਨ ਨੂੰ ਆਪਣੇ ਤੋਂ ਸੀਨੀਅਰ ਸਮਝਦੇ ਹਾਂ ਜਾਂ ਆਪਣੇ ਤੋਂ ਲਾਇਕ ਸਮਝਦੇ ਹਾਂ ਜਾਂ ਆਪਣੇ ਤੋਂ ਵਿਜ਼ਡਮ ਦੇ ਵਿੱਚ ਬੈਟਰ ਸਮਝਦੇ ਹਾਂ ਜਾਂ ਟੀਚਰ ਸਮਝਦੇ ਹਾਂ ਜਾਂ ਗੁਰੂ ਸਮਝਦੇ ਹਾਂ, ਜਾਂ ਕਿਸੇ ਇਨਸਾਨ ਨੂੰ ਪ੍ਰਿੰਸੀਪਲ ਜਾਂ ਟੀਚਰ ਜਾਂ ਕੋਈ ਧਾਰਮਿਕ ਗੁਰੂ ਕੋਈ ਵੀ ਸਮਝਦੇ ਹਾਂ, ਰਾਦਰ ਦੈਨ ਕਿ ਆਪਾਂ ਉਹਦੇ ਉਸ ਮਤਲਬ ਲਹਿਜੇ 'ਤੇ ਚਲ ਜਾਈਏ ਜਾਂ ਉਹਦੇ ਕਿਸੇ ਹੋਰ ਇਸ਼ੂ 'ਤੇ ਆਪਾਂ ਕ੍ਰਿਟੀਸਾਈਜ਼ ਉਹਦੀ ਵੀਕਨੈਸ ਲੱਭਣੀ ਸ਼ੁਰੂ ਕਰ ਦਈਏ, ਅਸੀਂ ਉੱਥੋਂ ਆਪਣਾ ਸਮਾਨ ਚੁੱਕੀਏ ਅਤੇ ਅੱਗੇ ਤੁਰਨਾ ਸ਼ੁਰੂ ਕਰੀਏ। ਅਕਸਰ ਹੁੰਦਾ ਕੀ ਹੈ ਕਿ ਸਾਡੇ ਜਿਹੜੇ ਬੌਸ ਹੈ ਜਾਂ ਸਾਡੇ ਤੋਂ ਉੱਚੀ ਪਦਵੀ ਵਾਲੇ ਜਾਂ ਹਰਿਆਰਕੀ 'ਚ ਜਿਹੜਾ ਬੰਦਾ ਸਾਡੇ ਤੋਂ ਉੱਪਰ ਹੁੰਦਾ ਨਾ, ਉਹ ਆਮ ਤੌਰ 'ਤੇ ਕ੍ਰਿਟੀਸਿਜ਼ਮ ਠੀਕ ਹੀ ਕਰ ਰਿਹਾ ਹੁੰਦਾ, ਕੋਈ ਨਾ ਕੋਈ ਗੱਲ ਉਹਦੇ ਮਨ 'ਚ ਡਰ ਹੁੰਦਾ ਜਾਂ ਕੋਈ ਸ਼ੱਕ ਹੁੰਦਾ ਤਾਂ ਹੀ ਉਹ ਗੱਲ ਕਹਿ ਰਿਹਾ ਹੁੰਦਾ, ਉਹ ਸਿਰਫ ਇੰਨਾ ਵੀ ਕੋਈ ਮਾੜਾ ਨਹੀਂ ਹੁੰਦਾ, ਉਹਦੇ ਵਿੱਚੋਂ ਆਪਣੀ ਭਲੇ ਵਾਲੀ ਗੱਲ ਲੱਭ ਲੈਣੀ ਅਤੇ ਉਹਦੇ ਉਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦੇਣਾ, ਕਿਉਂਕਿ ਉਹ ਤੁਹਾਡੇ ਤੋਂ ਉੱਚੀ ਪੋਜੀਸ਼ਨ 'ਤੇ ਹੈ ਅਤੇ ਉਹਦਾ ਕਹਿਣ ਦਾ ਫਿਰ ਕੀ ਹੋਇਆ ਜੇ ਉਹਨੇ ਕੁਛ ਕਹਿ ਦਿੱਤਾ, ਉਹਨੂੰ ਤੁਸੀਂ ਪੋਜ਼ੀਟਿਵ ਲਓ। ਇਹ ਵੀ ਇੱਕ ਸਕਿੱਲ ਹੈ ਕਿ ਆਪਣੇ ਬੌਸ ਨੂੰ, ਆਪਣੇ ਤੋਂ ਉੱਪਰ ਹਰਿਆਰਕੀ ਦੇ ਬੰਦੇ ਨੂੰ ਪੋਜ਼ੀਟਿਵ ਤਰੀਕੇ ਨਾਲ ਦੇਖਣਾ, ਉਹਦੇ ਵਾਸਤੇ ਨਫ਼ਰਤ ਨਾ ਪੈਦਾ ਕਰਨੀ ਅਤੇ ਉਹਦੇ ਵਿੱਚੋਂ ਆਪਣਾ ਮਕਸਦ ਲੱਭ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਕਰਨਾ, ਕਿਉਂਕਿ ਉਹਨੇ ਤੁਹਾਡੀ ਜ਼ਿੰਦਗੀ 'ਚ ਬੜਾ ਕੰਟਰੀਬਿਊਟ ਕਰਨਾ ਹੁੰਦਾ, ਅੱਜ ਵੀ ਕਰ ਰਿਹਾ, ਪਹਿਲਾਂ ਵੀ ਕਰਦਾ ਰਿਹਾ, ਅੱਗੋਂ ਵੀ ਕਰਦਾ ਰਹੇਗਾ। ਆਪਾਂ ਉਹਦੇ ਨਾਲ ਟੁੱਟ ਜਾਂਗੇ ਜਾਂ ਉਹਦੇ ਬਾਰੇ ਨਫ਼ਰਤ ਰੱਖਾਂਗੇ, ਫਿਰ ਉਹਦੀ ਗੱਲ ਮੰਨੀ ਓਨੀ ਔਖੀ ਲੱਗੇਗੀ। ਤੁਸੀਂ ਸੋਚੋ ਕਿ ਉਹਦਾ ਪਿਆਰ ਹੀ ਇਸ ਤਰ੍ਹਾਂ ਦਾ, ਤੁਸੀਂ ਇਹ ਸੋਚੋ ਵੀ ਉਸ ਇਨਸਾਨ ਦਾ ਪਿਆਰ ਕਰਨ ਦਾ ਤਰੀਕਾ ਹੀ ਇਹੋ ਜਿਹਾ, ਉਹਨੇ ਗੱਲ ਇਸ ਤਰ੍ਹਾਂ ਹੀ ਕਰਨੀ ਹੈ। ਤੀਸਰੀ ਚੀਜ਼ ਇੱਕ ਹੋਰ ਜਿਹੜੀ ਮੈਂ ਸੋਚਦਾ ਕਿ ਉਹ ਜਿਹੜਾ ਬੰਦਾ ਤੁਹਾਨੂੰ ਕ੍ਰਿਟੀਸਾਈਜ਼ ਕਰ ਰਿਹਾ ਹੁੰਦਾ ਜਾਂ ਤੁਹਾਨੂੰ ਮਤਲਬ ਕੋਈ ਇਸ ਤਰ੍ਹਾਂ ਦੀ ਗੱਲ ਕਹਿ ਰਿਹਾ ਹੁੰਦਾ ਨਾ, ਉਹਦੇ ਵਿੱਚ ਬੜਾ ਐਕਸਪਰਟ ਹੋ ਜਾਂਦਾ ਹੈ, ਉਹ ਬੰਦਾ ਬਹੁਤ ਐਕਸਪਰਟ ਹੁੰਦਾ ਹੈ ਉਸ ਚੀਜ਼ ਨੂੰ ਕਰਨ ਦੇ ਵਿੱਚ ਜਿਹੜਾ ਜਿਹਨੂੰ ਆਦਤ ਪੈ ਜਾਂਦੀ ਕ੍ਰਿਟੀਸਾਈਜ਼ ਕਰਨ ਦੀ। ਅੱਛਾ, ਹੁਣ ਤੁਸੀਂ ਇਹ ਦੇਖੋ ਕਿ ਤੁਸੀਂ ਕਿਸ ਚੀਜ਼ 'ਚ ਐਕਸਪਰਟ ਬਣਨਾ, ਤੁਸੀਂ ਉਸ ਦੇ ਉਸ ਆਪਣੇ ਨੁਕਸਾਨ ਕਰਨ 'ਚ ਐਕਸਪਰਟ ਕਰਨਾ ਕਿ ਆਪਣੇ ਫਾਇਦਾ ਕਰਨ 'ਚ ਐਕਸਪਰਟ ਬਣਨਾ, ਤੁਸੀਂ ਉਹਦੀ ਕ੍ਰਿਟੀਸਿਜ਼ਮ ਦੇ ਵਿੱਚੋਂ ਤੁਹਾਡੀ ਸਕਿੱਲ ਕੀ ਹੈ? ਉਹਦੀ ਸਕਿੱਲ ਹੈਗੀ ਕ੍ਰਿਟੀਸਾਈਜ਼ ਕਰਨਾ, ਮੈਂ ਮੰਨ ਲਿਆ ਉਹਦੀ ਸਕਿੱਲ ਕ੍ਰਿਟੀਸਾਈਜ਼ ਕਰਨਾ ਹੈਗੀ, ਉਹਨੇ ਜਦੋਂ ਵੀ ਕਿਸੇ ਨੂੰ ਬੈਠਣਾ ਉਹਨੇ ਗੱਲ ਕ੍ਰਿਟੀਸਿਜ਼ਮ ਦੀ ਕਰਨੀ ਹੈ, ਪਰ ਤੁਸੀਂ ਆਪਣੀ ਸਕਿੱਲ ਕਿਹੜੀ ਪੈਦਾ ਕਰਨੀ ਹੈ? ਤੁਸੀਂ ਆਪਣੀ, ਮੈਂ ਕਈ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਐਡੇ ਐਡੀ ਵੱਡੀਆਂ ਨੌਕਰੀਆਂ ਛੱਡਤੀਆਂ, ਐਡੇ ਐਡੇ ਵੱਡੇ ਚੰਗੇ ਕੰਮ ਛੱਡਤੇ, ਐਡੇ ਐਡੇ ਵੱਡੇ ਕੰਟਰੀਜ਼, ਐਡੇ ਐਡੀ ਸੋਹਣੀਆਂ ਜਗ੍ਹਾ ਛੱਡਤੀਆਂ, ਸਿਰਫ ਇਸ ਕਰਕੇ ਕਿ ਮੇਰੀ ਜੀ ਬੇਇੱਜ਼ਤੀ ਬੜੀ ਹੋਈ ਹੈ, ਇਹਨੇ ਮੇਰੀ ਬੇਇੱਜ਼ਤੀ ਬੜੀ ਕੀਤੀ ਹੈ। ਅਸੀਂ ਕਿਸੇ ਵੀ ਇਨਸਾਨ ਦੀ ਕੋਈ ਵੀ ਕਹੀ ਹੋਈ ਗੱਲ ਨੂੰ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਉਹਨੇ ਮੇਰੀ ਬੇਇੱਜ਼ਤੀ ਕਰਤੀ, ਉਹਨੇ ਮੇਰੀ ਸਾਰਿਆਂ ਦੇ ਸਾਹਮਣੇ ਲਾ ਕੇ ਰੱਖਤੀ, ਦੇਖੋ ਕੋਈ ਤੁਹਾਡੀ ਲਾ ਕੇ ਰੱਖ ਨਹੀਂ ਸਕਦਾ, ਕੋਈ ਤੁਹਾਡੀ ਦੁਨੀਆ 'ਚ ਇਨਸਾਨ ਬੇਇੱਜ਼ਤੀ ਨਹੀਂ ਕਰ ਸਕਦਾ ਜੇ ਤੁਸੀਂ ਆਪਣੇ ਆਪ ਦੇ ਉੱਪਰ ਉਹਨੂੰ ਪਰਸਨਲਾਈਜ਼ ਤਰੀਕੇ ਨਾਲ ਆਪਣੀ ਬੇਇੱਜ਼ਤੀ ਨੂੰ ਸਮਝੋਗੇ। ਬੇਇੱਜ਼ਤੀ ਨਹੀਂ ਹੁੰਦੀ ਕੋਈ ਵੀ, ਹਮੇਸ਼ਾ ਉਹਦੇ 'ਚ ਫਾਇਦਾ ਹੁੰਦਾ, ਜਿਹੜੀ ਵੀ ਚੀਜ਼ ਹੋ ਰਹੀ ਹੈ ਨਾ ਉਹ ਬੇਇੱਜ਼ਤੀ ਨਹੀਂ ਹੈ, ਬੇਇੱਜ਼ਤੀ ਸਿਰਫ ਇਨਸਾਨ ਦੀ ਬੰਦਾ ਆਪ ਹੀ ਕਰ ਸਕਦਾ, ਕੋਈ ਦੁਨੀਆ ਦਾ ਬੰਦਾ ਇਹੋ ਜਿਹਾ ਨਹੀਂ ਹੈ ਜਿਹੜਾ ਤੁਹਾਡੀ ਬੇਇੱਜ਼ਤੀ
कर सके। इस तरह इज्जत भी जिहड़ी है ना वह दुनिया च तुहानू दुनिया कोलों नहीं मिलती, वह इज्जत किसी काम की नहीं होंगी जिहड़ी दुनिया कोलों मिलती है। इज्जत असल च होंदी है जदों तुसी सिर्फ तुसी होवो ते तुहाडा आईना होए ते तुहाडा चेहरा होए ते तुसी अपने आप नूं कह सको कि तू एक चंगा इंसान है यार, कोई छेर दा तू इहो जिहा कोई काम नहीं किया जिहदे नाल तू अपने आप नाल नफरत पैदा करें जां अपने आप नूं घटिया समझे। हुण बेइज्जती कित्थों कोई कर लेगा। अच्छा एक गल मैं लास्ट च कहना चाहूँगा कि तुसीं इह देखो भी जे कोई इंसान, चलो मैं समझ लिया कि तुसीं माड़ी नीयत नाल जां किसी ने क्रिटिसाइज़ तुहानूं कीता, जे तुसीं उस दे ट्रैप विच नहीं आए तो तुसीं अपनी ग्रोथ नूं जारी रखिया, तुसीं अपनी लाइफ दे विच अपना फायदा जारी रखिया, वह बंदा इस चीज़ नूं किन्नी देर तक बर्दाश्त कर सकेगा, उहदा अपना हालात किहो जिहे होणगे कि वह वार कर रहा बार बार, ठीक है उहदा मतलब है कि तुसीं अपने एजेंडे तो हट जाओ पर तुहाडे ते वह वार नहीं चलता पिया क्योंकि तुसीं उस वार तो इफेक्टेड नहीं हुंदे पे, तुसीं होर भी ज़्यादा अपने आप नूं ग्रो करन वाले पासे लगे हो, तुहाडी जिंदगी दे विच शांति आ रही है, तुहाडी जिंदगी च अपने फायदा करन दी एक मिशन पैदा हो गई है कि तुसीं किसी भी चीज़ नूं अपने फायदे वास्ते वरत सकते हो। तुसीं ये सोचो कि उस इंसान दा की बनेगा जिहड़ा इस मिशन दे नाल लगा होया है कि बई उहनूं तो उहने ते जाच बड़ी सिखी है, पिछले 10-15-20 साल तो जाच सिखी हुई है। यह सोचो भी वड्डा प्लेयर है वो जिहड़ा तुहाडी बेइज्जती कर रहा ना, वड्डा प्लेयर है, छोटा मोटा प्लेयर नहीं है, उहने ये नहीं है पहले दिन तुहाडी बेइज्जती की है, पहला तो उहदी अपनी काफ़ी बेइज्जती हुई होनी है, उहने उत्थों सिखिया होना, फिर उहने कई लोगों के उपर ट्राई करके देखिया होना, फिर कई लोगों नूं उहने डिग्गिया भी होना, तो ता ही तो रैसलिंग उन्होंने चंगी आती है। हुण एक बंदे ने इन्नी जबरदस्त ट्रेनिंग पैदा की हुई है बेइज्जती करन दी जां क्रिटिसाइज़ करन दी, तुसीं उहदे नाल कानू पंगा लैणा है,